ਸੁਣੀਆਂ ਜਾਣੀ ਵੱਜਣ ਗਲੇ ਜੇ ਸੁਣੀਆਂ ਮੇ ਰੁਕ ਭਰ ਕੇ ਕੱਢ ਲਿਆ ਗਾਲ ਜਾ ਪਰੀਆਂ ਦੇ ਕੇ ਮਤਾਵੇ ਰੂਹ ਲੈ ਗਿਆ ਬਸਤਾ ਨੂੰ ਹਰ ਖਬਰ ਸਬੂਰੀ ਕਰ ਹੋਣਾ ਛੱਡਿਆ ਏ ਯਾਰੀਆਂ ਯਾਰੀ ਲਾਉਣੀਆਂ ਨੀ ਹੀਰੇ ਲਾਲ ਨੀ ਨਾਲ ਜੰਡੋਰੇ ਵੇ ਸਦਕੇ ਤੇਰੀਆਂ ਸਦੀਆਂ ਮੈਂ ਲਿਖਾ ਦੂੰ ਬਹੁਤੀਆਂ ਨੀ ਸਾਰੀਆਂ देवता जी कहनी कहती करा हुए गल प्यारी आया भी किसी कोई चीज़ की गल हर भी महादेव जी।
ਰਾਂਝਾ ਲੁਕਿਆ ਬੋਲ ਬਟਾ ਕੇ ਕਹਿੰਦਾ ਜੇ ਤੈਨੂੰ ਦੋਸਤੀ ਲਾਉਣੀ ਆ ਤਾਂ ਮੇਰੇ ਨਾਲ ਲੈ ਲੈ ਬੰਦੇ ਦੀ ਮਨਿਆਦ ਖਾਧੀ ਹੈ ਮੈਂ ਦਰਸ਼ ਬੋਲਦਾ ਜੰਡ ਬੋਲਦਾ ਮੈਂ ਜੰਡ ਤੈਨੂੰ ਪਤਾ ਹੈ ਬਈ ਸਤਿਯੁਗ ਦੇ ਵਿੱਚ ਬੰਦੇ ਦੀ ਉਮਰ ਲੱਖਾਂ ਵਰਸਾਂ ਦੀ ਉਹਦੇ ਨਾਲ ਦੀ ਨਾਲ ਤ੍ਰੇਤਾ ਯੁੱਗ ਆ ਗਿਆ ਤ੍ਰੇਤੇ ਯੁੱਗ ਦੀ ਵੀ ਉਮਰ ਘੱਟ ਗਈ ਇਨਸਾਨ ਦੀ ਵੀ ਉਮਰ ਘੱਟ ਗਈ ਫਿਰ ਦੁਆਪਰ ਆ ਗਿਆ ਦੁਆਪਰ 'ਚ ਹੋਰ ਉਮਰ ਘੱਟ ਗਈ ਕਲਯੁੱਗ ਦੀ ਕਲਯੁੱਗ ਦੇ ਵਿੱਚ ਸਾਰੀਓ 100 ਸਾਲ ਦੇ ਵੱਧ ਤੋਂ ਵੱਧ ਉਮਰ ਵੱਧ ਤੋਂ ਵੱਧ 100 ਸਾਲ ਤੱਕ ਇਸ ਕਰਕੇ ਤੈਨੂੰ ਦੋਸਤੀ ਲਾਉਣਾ ਮੇਰੇ ਨਾਲ 4 ਯੁੱਗ ਹੋ ਗਏ ਮੈਨੂੰ ਫਿਰ ਇੱਥੇ 4 ਯੁੱਗ ਹੋ ਗਏ ਮੈਨੂੰ ਫਿਰ ਇੱਥੇ ਹੋਰ ਪਤਾ ਨਹੀਂ ਕਿੰਨਾ ਮੇਰੇ ਥੱਲੇ ਜਵਾਬ ਧਰਦੀ ਹੈ ਪਹਿਲੀ ਤਾਂ ਗੱਲ ਇਹ ਹੈ ਬਈ ਅੱਜ ਤੱਕ ਕਿਤੇ ਵਿਅਰਥ ਨਹੀਂ ਬੋਲਦਾ ਹੋਇਆ ਮੈਂ ਵੀ ਆਪਣੇ ਧਰਮ ਦੀ ਚਿੱਟੀ ਚਾਦਰ ਨੂੰ ਦਾਗ ਨਹੀਂ ਜਾਂਦਾ ਯੁੱਗ ਕਿੰਨੇ ਲੰਘੇ ਇੰਨੇ ਯੁੱਗ ਆਏ ਨਾਲ ਨਾਲ ਦੇਵੀ ਬਣਦੇ ਜਿੰਨੇ ਗ੍ਰੰਥ ਬਣਦੇ ਜੰਗਲਾਂ ਬੇਲਾਂ ਦੇ ਵਿੱਚ ਖੜੀ ਕਹਿੰਦੀ ਰਾਂਝੀ ਆ ਤੇਰੇ ਵਾਜੋਂ ਆਪਣੀ ਧਰਮ ਦੀ ਚਿੱਟੀ ਚੰਦ ਨੂੰ ਦਾਗ ਨਹੀਂ ਲੱਗਣ ਦਿੰਦੀ ਟੱਕਰ ਮਾਰ ਕੇ ਮਰ ਜੂ ਇਹਦੇ ਨਾਲ ਐਸ ਜੰਡ ਨਾਲੇ ਸਿਦਕ ਲੈ ਕੇ ਮਰੂਗੀ ਹੀਰ ਰੋਕ ਕੇ ਕਹਿੰਦੀ ਸੁਣੇ ਜੰਡੋਰਿਆ ਮਾਰਦੇ ਆ ਕਿਸਮਤ ਕਰਨਾ ਤੇਰਾ ਝੂਠੇ ਦਾ ਅਤਵਾਰ ਵੇ ਕਲੂ ਕਾਲ ਚ ਲਿਖਿਆ ਦਰਸ਼ ਨਾ ਦੇਖੇ ਬੋਲਦੇ ਤੇਰੇ ਵਿੱਚ ਤਾਂ ਯਾਰਾ ਕੋਈ ਭੂਤ ਸਰਾਲ ਵੇ ਦੇ ਕੇ ਧੋਖਾ ਮੇਰਾ ਸਿਦਕ ਡਲਾਉਣਾ ਹੀਰ ਦਾ ਤੈਨੂੰ ਪੈ ਜਾ ਕਿਧਰੋਂ ਕਹਿਰ ਦਾ ਨਿਧਾਰ ਵੇ ਮਾਰਾ ਹਾਂ ਸਬਰ ਦੀ ਹੁਣੇ ਸਕਾਲੂ ਖੜੇ ਨੂੰ ਜਿਹੜੀ ਬਾਦਵਾ ਹੁੰਦੀ ਆ ਨਾ ਤੁਰਫੀ ਹੁੰਦੀ ਹੈ ਸੰਗਤ ਦੇ ਕਿਸੇ ਮੌਕੇ ਦੀ ਇਹ ਆ ਰਹੀ ਨਹੀਂ ਜਾਂਦੀ ਹੈ ਛਾਤੀ ਕੱਢ ਕਟਾਰ ਵੇ ਜਿਤਨੇ ਦੇਵੀ ਦੇਵਤੇ ਆ ਕੇ ਸੁਣਦੇ ਬੰਜਲੀਆਂ ਉਨੀਆਂ ਆਸ਼ਕਾਂ ਵਿੱਚ ਰਾਂਝਾ ਹੈ ਮਖਤਿਆਰ ਵੇ ਜਿਹੜੇ ਆਸ਼ਕ ਹੋਏ ਨੇ ਉਨੀਆਂ ਆਸ਼ਕਾਂ ਵਿੱਚ ਰਾਂਝਾ ਜੇ ਕਿਤੇ ਮਰ ਜਾਂਦੇ ਨੇ
ਆਇਆ ਗਿਆ ਤਾਰ ਹੋਵੇ
निकल जनोरे Thank you.
ਮੰਗਲਾਂ ਦੇ ਵਿੱਚ ਮੰਗਲੋ ਲਾਲਿਆ ਜੋਗੀ ਨੇ
ਆਵੇ ਤਾਂ ਤਾਂ ਜੇ ਉਹਨਾਂ ਦੇ ਵਿੱਚ ਹੋਵੇ, ਆਵੇ ਤਾਂ ਤਾਂ ਜੇ ਕੁੜੀਆਂ ਦੇ ਵਿੱਚ ਰਾਤ ਨੂੰ ਗਈ ਹੋਵੇ। ਇੰਦਲੀਆਂ ਦਾ ਮੁੰਡਾ ਖੜਕਿਆ, ਉਹ ਵੀ ਕੁੜੀ ਆ ਗਈ, ਇਹਦੇ ਲਈ ਜਾਨੀ ਵੀ ਆ ਗਈ, ਮਾਨੀ ਵੀ ਆ ਗਈ, ਰੱਤੀ ਵੀ ਆ ਗਈ, ਫੱਤੀ ਵੀ ਆ ਗਈ, ਰਹਿਮੋ ਵੀ ਆ ਗਈ, ਸਾਰੀਆਂ ਆਪੋ ਆਪਣੇ ਘਰੇ ਚੱਲੀਆਂ ਗਈਆਂ। ਹੀਰ ਦੀ ਮਾਂ ਪੁੱਲੀ ਸੋਚਦੀ ਹੈ ਵੀ ਮੇਰੀ ਧੀ ਨਹੀਂ ਆਈ, ਗਵਾਂਢੀਆਂ ਦੇ ਜਾ ਕੇ ਪੁੱਛਿਆ, ਕੁੜੇ ਰੱਤੀਏ ਹਾਂ ਤਾਈ ਅੱਜ ਸਾਡੀ ਹੀਰ ਨਹੀਂ ਆਈ। ਕਹਿੰਦੀ ਤਾਈ ਉਹ ਤਾਂ ਜਦੋਂ ਅਸੀਂ ਤਿਰੰਗਿਆਂ 'ਚ ਕੱਤਣ ਬੈਠੀਆਂ ਚਰਖਾ ਰੱਖ ਕੇ ਜਦੇ ਚਲੀ ਗਈ ਵਾਪਸ, ਇਹ ਸਾਨੂੰ ਨਹੀਂ ਪਤਾ ਵੀ ਕਿੱਥੇ। ਦੂਈ ਨੂੰ ਪੁੱਛਿਆ, ਤੀਸਰੀ ਨੂੰ ਪੁੱਛਿਆ, ਕਿਤੋਂ ਪਤਾ ਨਾ ਲੱਗਿਆ। ਹੌਲੀ 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 ਖਬਰ ਕਿਹਨੂੰ ਲੱਗ ਗਈ, ਕਿਦਾਂ ਲੱਗਦੇ ਇਹਨੂੰ, ਕਿਦਾਂ ਲੱਗਣਾ ਹੁੰਦਾ, ਘੁੰਮਾ ਫਿਰਦਾ ਹੈ, ਲੰਗੜ ਮਾਰਦਾ ਫਿਰਦਾ ਹੈ। ਵੀਰ ਦਾ ਭਾਈ ਜਿਹੜਾ ਵੀਰ ਪਠਾਨ ਸੀ ਉਹ ਸੁੱਤਾ ਪਿਆ, ਜਾਂ ਸਾਰੇ ਨਗਰ ਦੇ ਵਿੱਚ ਘਰ ਘਰ ਖਬਰਾਂ ਹੋ ਗਈਆਂ। ਕਿਦਾਂ ਲੱਗਦਾ ਜਾ ਕੇ ਵੀਰ ਪਠਾਨ ਨੂੰ ਕਹਿਣ ਲੱਗਿਆ, ਉਹ ਸੌਰੀ ਲਿਆ ਤੂੰ ਇੱਥੇ ਘਰਾੜੇ ਮਾਰਨਾ, ਤੈਨੂੰ ਪਤਾ ਨਹੀਂ ਆਪਣੇ ਘਰ ਵਿੱਚ ਕਿਹੜਾ ਭਾਣਾ ਵਰਤ ਗਿਆ, ਆਪਾਂ ਤਾਂ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਰਹੇ, ਜਲ ਭਾਈ ਪਾਠੀ ਤਾਰਾਂ ਚੜਿਆ ਚਿੜੀ ਚੁੱਕੀ ਹੈ, ਘਰਦਿਆਂ ਪਾਲੀ ਹੀਰ ਕਿਤੇ ਨਜ਼ਰ ਨਾ ਆਈ, ਪਿੰਡ ਸਾਰਾ ਭਾਲਦਾ ਫਿਰਦਾ, ਭਾਈਚਾਰਾ ਸਾਰਾ ਭਾਲਦਾ ਫਿਰਦਾ। ਤਾਂ ਵੀਰ ਪਠਾਨ ਲੱਗਿਆ ਕਹਿਣ, ਕਹਿੰਦਾ ਚਾਚਾ ਐਂ ਦੱਸ ਤੇਰੇ ਨਿਰਣੈ ਕਾਲਜੇ ਗਈ ਘੇਸੂ ਫਿਰ ਗਿਆ ਤੇਰੇ, ਤੂੰ ਐਡਾ ਘਬਰਾਇਆ ਫਿਰਦਾ ਹੈ, ਦੱਸ ਤੈਨੂੰ ਕੀ ਹੋ ਗਿਆ, ਕੋਈ ਚੱਜ ਦੀ ਵੀ ਗੱਲ ਕਰਿਆ ਕਰ। ਕਹਿੰਦਾ ਉਹ ਪੁੱਤਰ ਚੱਜ ਦੀ ਗੱਲ ਕੀ ਦੱਸਾਂ, ਜਿਹੜਾ ਆਪਣਾ ਪਾਲੀ ਰੱਖਿਆ ਸੀ ਰਾਤ ਮੱਝਾਂ ਨਾਲ ਉਹ ਨਹੀਂ ਆਇਆ, ਤਿਰੰਗੜਾ ਵਿੱਚ ਕੱਤਣ ਗਈ ਕੁੜੀ ਨਹੀਂ ਆਈ, ਜਿਹੜੀ ਗੱਲ ਤੋਂ ਡਰਦੇ ਸੀ ਉਹ, ਇਸ ਕਰਕੇ ਪੁੱਤਰਾ ਤੈਨੂੰ ਨੀਂਦ ਪਿਆਰੀ ਹੈ। ਕਹਿੰਦਾ ਚਾਚਾ ਆਪਣੇ ਘਰ ਦੀ ਮਿੱਟੀ ਆਪੀ ਨਾ ਪੱਟੀ ਜਾ, ਆਪਣੇ ਘਰ ਦੀ ਮਿੱਟੀ ਆਪੀ ਨਾ ਪੱਟੀ ਜਾ, ਨੌਕਰ ਨੂੰ ਹੁਕਮ ਦਿੱਤਾ ਜਾਵੇ ਘੋੜੀ ਤੇ ਕਾਠੀ ਜਿਹਾ ਪਾ ਕੇ, ਜਿਹਨੂੰ ਹੁਕਮ ਦਿੱਤਾ ਮੇਰੀ ਰਫਲ ਲੈ ਕੇ ਆ, ਚੰਗੀ ਤਰ੍ਹਾਂ ਕੋ ਕੇ ਭਰ ਕੇ ਲਈ ਕੋੜੇਦਾਰ ਰਫਲ ਕੁੱਟ ਕੇ, ਉਹਦੀ ਨੌਕਰਾਂ ਨੇ ਸਮਾਨ ਸਾਰਾ ਲਿਆ ਕੇ ਵੀਰ ਪਠਾਨ ਕੋਲ ਲਿਆਤਾ। ਇਹਦਾ ਕੋਈ ਸਲਾਹਾਂ ਕਰਦਾ, ਪਿੰਡ ਦੇ ਲੋਕ ਭਾਈਚਾਰਾ ਸਲਾਹਾਂ ਕਰਦਾ, ਕਹਿੰਦੇ ਐਂ ਕਰੋ ਆਹ ਜਿਹੜਾ ਪੁਲ ਹੈ ਆਹ ਨਹਿਰ ਦਾ ਪੁਲ ਹੈ ਇੱਥੇ ਖੜ੍ਹ ਜਾਓ, ਕੋਈ ਕਹਿੰਦਾ ਬੱਸ ਅੱਡੇ ਨੂੰ ਚੱਲੋ ਬਸ ਚੜ੍ਹਦੇ ਮਿਲ ਜਾਣ, ਕੋਈ ਕਹਿੰਦਾ ਟੇਸ਼ਨ ਨੂੰ ਚੱਲੋ ਗੱਡੀ ਚੜ੍ਹਦੇ ਮਿਲ ਜਾਣਗੇ, ਭਾਈਚਾਰਾ ਸਾਰਾ ਭਾਲਦਾ ਫਿਰਦਾ, ਕਹਿੰਦੇ ਦੱਸ ਨਹੀਂ ਪੈਂਦੀ। ਕਹਿੰਦੇ ਜਦ ਪੈ ਪਾਠੀ ਤਾਰਾ ਚੜ੍ਹੇ ਹੱਟਣੀ ਚੁੱਕੀ ਹੈ, ਘਰਦਿਆਂ ਭਾਲੀ ਹੀ ਕਿਤੇ ਨਜ਼ਰ ਨਾ ਆਈ, ਚੋਰੀ ਚੋਰੀ ਮਾਤਾ ਤੁੰਨੀ ਫਿਰਦੀ ਭਾਲਦੀ, ਤਰਿੰਜਣਾ ਸਭ ਸਹੇਲੀਆਂ ਹੀਰ ਨਾ ਕਿਤੋਂ ਕਿ ਆਈ, ਸਭ ਸਹੇਲੀਆਂ ਮਿਲ ਗਈਆਂ ਹੀਰ ਦਾ ਪਤਾ ਨਹੀਂ ਲੱਗਿਆ, ਤਰਿੰਜਣਾ ਸਭ ਸਹੇਲੀਆਂ ਹੀਰ ਨਾ ਕਿਤੋਂ ਕਿ ਆਈ, ਕਿਦੋਂ ਲੰਗੜਾ ਕਹਿੰਦਾ ਵਾ ਹੀ ਲੈ ਗਿਆ ਹੀਰ ਨੂੰ ਜਿਹਨਾਂ ਦੇ ਪੌਲੇ ਖਾਧੇ ਅੱਗੇ ਦੁਸ਼ਮਣ ਆਈ, ਕਿਦੋਂ ਲੰਗੜਾ ਕਿਹੜਾ ਕੁੱਟਿਆ ਸੀ ਹੀਰ ਨੇ, ਕਹਿੰਦਾ ਤੁਸੀਂ ਤਾਂ ਕਹੋਗੇ ਵੀ ਦੁਸ਼ਮਣੀ ਕਰਦਾ ਪਰ ਨਹੀਂ, ਕਿਦੋਂ ਲੰਗੜਾ ਕਹਿੰਦਾ ਮਾਹੀ ਲੈ ਗਿਆ ਹੀਰ ਨੂੰ ਜਿਹਨਾਂ ਦੇ ਪੌਂਦੇ ਖਾਧੇ ਅੱਗੇ ਦੁਸ਼ਮਣ ਆਈ, ਵਿੱਚ ਸਿਆਲਾਂ ਦੇ ਹਰਜੱਲਾ ਪੈ ਗਿਆ ਹੀਰ ਦਾ, ਕੁੜੀ ਕੁਮਾਰੀ ਜਿਹਨਾਂ ਨੇ ਗਈ ਆ ਹੀਰ ਕਮਾਈ, ਰਾਗ ਬਣ ਰਿਹਾ ਪਰੀਆਂ ਦਾ ਨਾਚ ਹੋ ਰਿਹਾ, ਉਹ ਰਾਗ ਹੋਇਆ ਦੇਵਤੇ ਆ ਗਏ ਨਾਲ ਪਰੀਆਂ ਵੀ ਆ ਗਏ ਅੰਦਰ ਖੜੇ ਦੀਆਂ, ਉਹ ਰਾਗ ਵਿੱਚ ਮਸਤ ਹੋਏ ਨੇ ਘਰਦਿਆਂ ਨੂੰ ਫਿਕਰ ਪਊਗਾ ਬੇਟੀ ਕਿਉਂ ਨਹੀਂ ਆਈ, ਸ਼ਿਵਜੀ ਭਗਵਾਨ ਦਾ ਕਈ ਕਈ ਜਨਮ ਤਪ ਕਰਦੇ ਨੇ ਲੋਕ ਤਾਂ ਨਹੀਂ ਕਰਦੇ, ਜਿਹੜਾ ਆਪਣੇ ਕੋਲ ਬੈਠਾ ਆ ਬ੍ਰਹਮਾ ਨਹੀਂ ਆਪਣੇ ਕੋਲ ਬੈਠਾ, ਨਾਰਦ ਮੁਨ ਆਪਣੇ ਕੋਲ ਬੈਠਾ, ਪਰੀਆਂ ਇੰਦਰ ਲੈ ਕੇ ਆਪਣੇ ਕੋਲ ਬੈਠਾ, ਤੂੰ ਇਹਨਾਂ ਦੇ ਦਰਸ਼ਨ ਕਰ ਲੈ ਛੱਡਦੇ ਕੱਤਲੇ ਦੀਆਂ ਗੱਲਾਂ। ਲਓ ਜੀ ਇਹਨੇ ਇਹ ਗੱਲਾਂ ਕਰਦੇ ਨੇ, ਇਧਰ ਵੀਰ ਪਠਾਨ ਨੇ, ਵੀਰ ਪਠਾਨ ਨੇ ਘੋੜੀ ਛੇੜੀ ਉਹ ਵੀ ਝੱਲਾਂ ਵੇਲਿਆਂ ਨੂੰ ਸਿੱਧਾ, ਜਦ ਘੋੜੀ ਦੇ ਅੰਕੜ ਬੜੇ ਅੰਕੜ ਬੜੇ ਹੁੰਦੀ ਸੋਹਣੀ ਹੀ ਕਹਿਣ ਲੱਗਦਾ ਲੱਗਦਾ ਕੋਈ ਹੋਰ ਵੀ ਹੋ ਸਕਦਾ, ਪਰ ਮੈਨੂੰ ਲੱਗਦਾ ਕੋਈ ਮੇਰਾ ਭਾਈ ਵੀਰ ਪਠਾਨ ਘੋੜੀ
तेन छड के चले जाइए ये साडा भी धर्म नहीं है तेन एक युक्ति दस दे वीर पठान ने घोड़ियों उतर के शरीर दी ताई की सियाना नु सानू आवा गुण तकाया ऐ दस सौरिया साडे खावे साडे शेक पावे इनू 12 साल हो गए रहंदे नु मैं लोकां दीआं गल्लां सुणदा रहा पर मैं असर नहीं करिया अज मैं तैनू अखी बैठे नु देख लिया खा के लूण तैं हराम कीता असां दा
ਸਾਡੇ ਲੂਣ ਤੇ ਹਰਾਮ ਕੀਤਾ ਸਾਡਾ ਸਾਗ ਸਾਡੀ ਖਾਣਾ ਦੀ ਚੌਕ ਨੂੰ ਲਾਇਆ ਪਰ ਖੋਤਾ ਹੋ ਗਿਆ ਹੋਣੇ ਮਕਾਲੀ ਦਾ ਤੋਂ ਐ ਸਾਡਾ ਹੋ ਗਿਆ ਮੈਂ ਮਕਾਲੀ ਜਾਣ ਤੋਂ ਐ महाराज हुण मेरे ते वक्त पै गया फिर दिल दी बांसुरी बजाई दिल दी बांसुरी बजा के दिल दी बांसुरी वो है शब्द तो नान हद बाजा किसी नूं भी सुणदा उहनूं जे कोई सुणाउण जांदा पर इस वेले जो शब्द तना हद वाजा बजाया भगवान ने सुन गया कन्ना बच्चे आवाज पै गई एक शिव जी भगवान आकाशवाणी करता है पुत्रा फिक्र ना कर तेरे कोल असी तेरा पर्दा चक्कन नहीं दिंदे उस वेले सिंह नूं तक बनाए फिर गेड़ा दे के आ जाना नोट फोर दे दो जी भावें पचानवे ले लो ना जी भजदा भी नहीं अच्छा या शब्द तो ना हर हद आवाजा बजाया दिल दे नाल मन दे नाल सुरती नाल याद कीता तोड़े शंकर शिव जी महाराज Thank you.
रूप मक्खी बनाता किने शिवजी भगवान ने ब्रह्मा जी ने ओदा हुंडिया बदल के मक्खी बना के चोले दे नाल ला दित्ती। रांझे ने पूरी लाही करके कठी लपेट के आए भी पठान के पैरों में मारी चक ऐसा कही जाना मैंने तेनों मैं कह भी तेनों एवं तेरे निगाह ने फर्क पाया है मेरे को कुछ नहीं है तू कह लग गया भी तैं देखती देखते हीर में मुक्का जल को लिया तेन कक् मेरे को और कपड़े भी ला लो ऐसी पूरी तो नहीं है जी मैं धरती नहो नहो पानी नो पतला हो गया आ सामने झाकना हो हीर पठान तो रांझे के सामने झाकना हो कच्चा हो गया उस वेले फिर की कहते ने जी हीर पठान कहना वीर मैनू कैसो लग रहे ने पढ़ाई है तो मेरा चाचा लत पहला चुकी है तू ही तेरे सामने पलूंगा तू मेरा मेरा वीर आए कर घर चल नाले तो मझा चूमते खड़िया ने कटरू भुखे तिहाए मर रहे ने कई नाले खावा पीवे मेरे को रफल है मैं लिया शिकार मार के बैठ के खावा पीवे गल् करा पहला एक लत चाचे की टूटी गया दूई तेरे सामने भनू
तेरे सामने दूई पन्नू हूँ तू आए कर घर चल। रौंजा कहन लगा वीर तुहाडी गवाच की लड़की मेरे ते पै गई शक, तू तो मेरा कल्ला ही मेरिया तुहाडियां ने कल्ला ही लगन रहा, सारा पिंड मैनू किसे बख्शूगा, इस करके मैं नहीं आता। वीर पठान कहना कोई अख भर के भी तेरे कहीं झाक दे अखा कढ़ा दूँ, जे कोई उंगली करके भी ऐ गल कर दे उंगली कटा दे। जदों इन्नियां गल्लां वीर पठान ने सही धी दत्ती रांझे नूं, रांझा कहिंदा वीर जान नूं जीता करदा नहीं पर चंगा चले जाऊंगा। वीर पठान ने कोई सी रफल तोड़ेदार कहना मैंने उन्हें शिकार मार के जदों घोड़ी छेड़ के ऐ दो कीलियां दे फर्क नाल गया जे इत्थे देख ले रफल दोनों दे विच नूं कढ दूं आपां अन्याई मौत मारे जावांगे। लो जी हीर भी लंबे कदमी हो गए। इधर वो जिहड़ा वीर पठान सी शिकार खेडण वास्ते गया सीगा घोड़ी छेड़ वीर पठान तुर गया झल्लां नूं, भली पासे जा के कसी बंदूक जदों दो कीलियां दे हथ नाल गया घोड़ी दी कड़बड़ाया कड़बड़ाया सुन के कोई प्राण जिहा मिर्ग उठ के भज लिया क्या मिर्ग भज्जिया जो के दो पीलिया के फर्क नाल गया घोड़ी नाल दबली नाल दबली जो देखा भी मार च आ गया हूं बाबा ठा दब दिता घोड़ा दबिया क्या घोड़ा दबण की देर सी जैसे मिर्ग के जाके गर्दन च गोली लगी या गोली लगन की देर सी मिर्ग भी खाता गलोटनिया डिगता डगा उ जा रहा जेड़े रस्ते हीर जाती सी जाके हीर के कदमा च मिर्ग डिग पिया। जब मिर्ग मरण के किनारे पहुंचा गोली लगी राठ पाँदा मिर्ग की गर्दन में ए चक के अपनी बुकड़ में लै लिया हीर ने कहने किसे शिकारी ने किसे बेईमान ने ये बेचारा रोही का जंगली जानवर ये क्यों मार दिता ये तो बड़ा घोड़ा जानवर है किसी को खराब नहीं कुछ करता कहता किसी को कहता डरा यह नहीं है उस वे रात पाँगा फिर भी जान नहीं निकलती उधर हीर आँदी है पर शिकारी ने उधर जाना ही था जिधर शिकार गया भी उत्थे जाके डिगूगा उत्थे जाके डिगूगा जनों देखिया हार गिनती कर रहे मरी हो रहा चक्रो
साडे विच महान हस्ती पहला भी मैं बेनती करी है सरदार बहार मनजोत सिंह जरग वाले जिहड़े कि इस कला दे विचों इस सारी टटसानगी दे विचों मेरा ख्याल अद्धा पंजाब तां इन्हां ने टटसानगी नाल सिखाया अद्धा पंजाब दे बच्चों कॉलेजां दे विच बड़ी सिख्या दित्ती ते नाल दी नाल अज मालक ने कृपा करी है संगतां ने सहयोग दित्ता अज दी सरकार ने इन्हां नूं चेयरमैन दा खिताब मैं अज इन्ना खुश है जिहड़ा कि साडे इस खाड़े दे विच आ के साडा होर सुभाग प्राप्त होया सानूं इन्हां दे आउण दे नाल बहुत बहुत धन्नवादी हाँ क्योंकि साडे इलाके दे साडे महकमे दे जदों बंदे अफसर मन नाल लग जाण फिर बंदे नूं हौसला ही हो जांदा बंदे दा मन कुछ होर हो जांदा है सानूं इन्हां दे बहुत चाए बड़ी खुशी आ मन दे विच बाकी इहनां नूं बेनती भी कर दित्ती इक 5 लाख दा इनाम आउणा हुण टटसानगी वालिआं वास्ते उह इन्हां दे हत्थीं आउणा है इन्हां नूं बेनती कर दित्ती वी उह साडा नाम लाए मनी जान दे जोर बागी पाई पाई नल दड़ा कमा जांदे उत्तों मिठियां मिठियां करन गल्लां पग बटा लेंदे गल थोड़ी ते नींद बदला जांदे Thank you.
इस नगर के रहने वाले ने जिन्होंने इस मेले का सहयोग दिता। इस मेले में दुकाना वाले ने भी कहा तुहानू दुकाना वाले हो तुसी पैसे बटलाउंदे हो तुहानू कई बार कहते हैं सही किराया लवेंगे दुकाना ने नहीं गए थानू असी पल्ले पैसे दे के चंदौर वाले ने कहा भी तुहानू भी पल्ले पैसे दे के दवांगे ਮੇਲਾ ਆਪਣੇ ਵੱਧ ਤੇ ਵੱਧ ਇਸੇ ਤਰ੍ਹਾਂ ਵੱਡਾ
360 कुड़िया दे विच मैं उन्हां दी सरदार हाँ, पर कुड़िया जदों जानी मान जानल मान ऐसी ऐसा नसीब हो रहे इथे उन्हें सारियां कत्तां लगियां सी कहिंदियां हुण सौंजो तड़के दा मुर्गा बोलूगा जद कत्तां लगांगियां जद तड़के उठ के कत्तां दा नौ लिया मैं कहा भी मैं अमीरां दी धी मैं इत्थे भुंजे तूं हकां नूं कड़ावा मैं घर नूं जाणी आं बई मैं नहीं इत्थे पैंदी हाँ भुंजे ਜਦ ਮੈਂ ਉਹਨਾਂ ਕੁੜੀਆਂ ਦੇ ਵਿੱਚ ਉੱਠ ਕੇ ਇਧਰਲੇ ਪਾਸੇ ਪਾਸੇ ਐਂ ਹਵੇਲੀ ਦੇ ਇਧਰਲੇ ਹੁੰਦੀ ਆਈ ਮੇਰੇ ਘਰ ਉਹ ਯਾਦ ਆ ਗਈ ਬਈ ਤਾਈ ਕਹਿੰਦੀ ਹੁੰਦੀ ਬਈ ਇੱਥੇ ਇੱਕ ਵੱਡੇ ਸਿਰ ਵਾਲਾ ਭੂਤ ਰਹਿੰਦਾ ਉਹ ਗੱਲ ਮੇਰੇ ਯਾਦ ਆ ਗਈ ਮੈਂ ਤਾਂ ਉੱਥੇ ਹੀ ਮੈਂ ਵੀ ਉਹਨਾਂ ਕੁੜੀਆਂ ਵਿੱਚ ਪੈ ਗਈ ਡਰ ਕੇ ਉੱਠ ਕੇ ਕੱਟਣ ਲੱਗ ਗਿਆ ਕੱਟਦੀਆਂ ਨੂੰ ਫਿਰ ਚੜ ਗਿਆ ਕਹਿੰਦੇ ਇੱਕ ਪਾਂਡਾ ਉਹਨਾਂ ਵੀ ਜਾਵੇ ਸਾਡੇ ਐਂ ਵੀ ਲੰਘਣ ਲੱਗਿਆ ਕੁੜੀਆਂ ਆਖਣ ਲੱਗੀਆਂ ਨਹੀਂ ਭੈਣੋ ਇਹ ਤਾਂ ਐਂ ਲੱਗਦਾ ਜਿਵੇਂ ਪਾਂਡਾ ਹੁੰਦਾ ਕਹਿੰਦੀ ਵੀਰ ਉਹ ਪਾਂਡੇ ਨੇ ਵੀ ਪੈਰ ਜੇ ਮਲਦੇ ਵੀ ਕਹਿੰਦਾ ਗਾਹਕ ਬਣ ਗਏ ਉਹਦੇ ਆਪਣੀ ਕੋਈ ਨੂੰ ਕੋਈ ਪੀੜੀ ਪਊਗੀ ਕਹਿੰਦੀ ਬਾਬਾ ਹੱਥ ਦੇਖ ਜਾ ਕਹਿੰਦੀ ਕਿਹੜੇ ਕਿਹੜੀ ਗੱਲੋਂ ਕੌੜੇ ਬੋਲ ਬੋਲਦਾ ਵੀਰ ਨਾ ਵੀਰ ਗਰੀਬੀ ਦਾ ਕਸੂਰ ਨਾ ਕਾਈ ਸੱਠਾਂ ਸਹੇਲੀਆਂ 'ਚ ਕੱਤਦੀ ਸੌਂਗੀ ਰਾਤ ਨੂੰ ਕੱਲੀ ਡਰੀ ਭੁੱਲਦੇ ਘਰ ਨਾ ਵੀਰਾ ਆਈ ਤੜਕੇ ਉੱਠ ਕੇ ਸਭੇ ਕੁੜੀਆਂ ਕੱਤਣ ਲੱਗ ਗਈਆਂ ਦਿਨ ਚੜ੍ਹਦੇ ਨੂੰ ਇੱਕ ਨਜੂਮੀ ਨੇ ਫੇਰੀ ਪਾਈ ਸਭਨਾ ਕੁੜੀਆਂ ਨੇ ਹੱਥ ਦਿਖਾ ਲਏ ਉਸ ਨਜੂਮੀ ਨੂੰ ਮੈਂ ਵੀ ਬਾਂਹਤੇ ਫੜ ਕੇ ਮੂਹਰੇ ਲਿਆਣ ਬਿਠਾਈ ਮੇਰਾ ਹੱਥ ਲਵਾ ਕੇ ਸਿੱਟੇ ਡਾਲਨੇ ਰਮਲੀ ਨੇ ਪਿੱਛੇ ਬੀਤੇ ਅੱਗੇ ਨੂੰ ਬੀਤੇ ਖੋਲ ਸੁਣਾਈ ਖਾਦ ਮਿਰਗ ਭਰਾਵੇਂ ਮਰਜੂ ਤੇਰੇ ਵੀਰਨ ਤੋਂ ਅੱਜ ਆਜ਼ਾਰੀ ਹੀਰੇ ਹੋ ਜੂ ਤੇਰਾ ਭਾਈ ਸੁਣ ਕੇ ਖਾਇਓ ਗਈਆਂ ਬੇ ਕਮਲੋ ਦਿਆਂ ਵੀਰਨਾ ਮੈਂ ਤਾਂ ਮਗੇ ਤੇਰੇ ਉੱਤੇ ਵੀਰਾ ਧਾਈ ਮੇਰੇ ਆਉਂਦੀ ਨੂੰ ਅੰਗੇਜ ਭਾਵੀ ਜੁੱਟ ਗਈ ਚੌੜੀ ਮੈਂ ਤੇਰਾ ਮਿੱਟੀ ਨਾ ਬਟਾਈ ਮੈਨੂੰ ਸਿਰ ਤੇ ਖੂਜ ਫਿਕਰ ਕਰੀ ਤੂੰ ਆਪਣਾ ਅਗਲੀ ਤੁਸੀਂ ਸਾਰੇ ਖੁੱਲ ਕੇ ਚਲਾਈ ਕਹਿੰਦੀ ਤੇ ਵੀਰ ਮੈਨੂੰ ਕਾਹਨੂੰ ਮੰਨਿਆ ਮੇਰਾ ਜਮਾਨਾ ਬੋਲ ਪੈ ਮੈਂ ਤਾਂ ਤਾਂ ਹੀ ਹਾਂ ਇਹ ਜਿੰਗਲਾ ਮੇਰਾ ਵਿੱਚ ਮੇਰਾ ਕੰਮ ਠੀਕ ਸੀ ਮੈਨੂੰ ਤੂੰ ਪਾਣਾ ਦੱਸ ਗਿਆ ਬਈ ਤੇਰੇ ਭਾਈ ਕੱਲਾ ਕੱਲਾ ਭਾਈ ਹੈ ਤੇਰੇ ਭਾਈ ਤੇ ਆਉਣਾ ਚਾਹੇ ਉਹਨੇ ਜਾਣਾ ਇੱਕ ਦਿਨ ਸ਼ਿਕਾਰ ਖੇਡਣ ਜਦ ਸ਼ਿਕਾਰ ਖੇਡਣ ਜਾਊਗਾ ਕੋਈ ਇੱਛਾਧਾਰੀ ਸਾਧੂ ਮਿਰਗ ਬਣਿਆ ਫਿਰਦਾ ਤੇਰੇ ਭਾਈ ਨੇ ਮਾਰਨੀ ਹੈ ਗੋਲੀ ਜਾਂ ਉਹ ਮਿਰਗ 'ਤੇ ਗੋਲੀ ਲੱਗਣੀ ਹੈ ਉਹਨੇ ਸਰਾਫ ਦੇ ਦੇਣਾ ਕੋੜ ਪੈਣੀ ਤੇਰੇ ਭਾਈ ਮੈਂ ਤਾਂ ਵੀਰ ਤਾਂ ਆਈਆਂ ਵੀ ਮੇਰਾ ਇਕੱਲਾ ਇਕੱਲਾ ਭਾਈ ਹੋਵੇ ਮੇਰੇ ਭਾਈ ਨੂੰ ਲੱਗ ਜਾਵੇ ਕੋੜ ਵੀ ਵੀਰ ਕੋੜ ਰੋਕਦਾ ਇਹੋ ਜਿਹਾ ਕੋਈ ਨੇੜੇ ਨਹੀਂ ਖੜਨ ਦਿੰਦਾ ਪਿੰਡ 'ਚ ਨਹੀਂ ਬੈਠਣ ਦਿੰਦਾ ਇਸ ਕਰਕੇ ਮੈਂ ਤਾਂ ਤੇਰੇ ਕਰਨ ਆਈ ਸੀ ਤੂੰ ਮੈਨੂੰ ਤੋਹਮਤ ਲਾਉਣਾ ਜਦ ਆਈਆਂ ਜਾਂ ਗੱਲਾਂ ਸੁਣੀਆਂ ਮੌਤੋਂ ਡਰਿਆ ਵੀਰ ਪਠਾਨ ਨੇ ਜਹਿਮਤ ਮੰਨੀ ਹੈ
ਕਹਿੰਦਾ ਮੌਤ ਨਾ ਨੋ ਤਾਂ ਮਰਨ ਨਾਲ ਤਾਂ ਜੈਮ ਤਾਜ ਵੀ ਉਹ ਕੱਟ ਲਵੇ ਬੰਦਾ ਚੰਗਾ ਮਰਨਾ ਬੜਾ ਔਖਾ ਉਹਨੇ ਉਤਲੇ ਮਨੋਂ ਕਹਿੰਦਾ ਬੰਦਾ ਵੀ ਮਰ ਜਾਵਾਂ ਜਦੋਂ ਇੰਨੀ ਗੱਲ ਸੁਣ ਕੇ ਵੀਰ ਪਠਾਨ ਕਹਿੰਦਾ ਉਹ ਮਨਾ ਇਹ ਬੀਬੀ ਦੇ ਕਿਉਂ ਨਾ ਬੇਨਤੀ ਕਰਕੇ ਬਖਸ਼ਾ ਲੈ ਇਹ ਬੀਬੀ ਤੋਂ ਰਾਹ ਪੁੱਛ ਇਹ ਤਾਂ ਬਹੁਤ ਕਰਮਾਂ ਵਾਲੀ ਹੈ ਇਹ ਤਾਂ ਬਹੁਤ ਭਾਗਾਂ ਵਾਲੀ ਹੈ ਇਹ ਤਾਂ ਬਹੁਤ ਦਿਮਾਗਦਾਰ ਹੈ ਮੋਹ ਤੋਂ ਡਰਿਆ ਵੀਰ ਪਠਾਨ ਨੇ ਜਹਿਮਤ ਮੰਨੀ ਹੈ ਨੀਵੀਂ ਤਾਰ ਜੋਈ ਕਰੇ ਹੀਰ ਦੇ ਤਾਈਂ ਪਲ ਵਿੱਚ ਕੌੜਾ ਬੋਲ ਮਿੱਠਾ ਹੋ ਗਿਆ ਸਰਬਤ ਤੋਂ ਬੀਬੀ ਇਸ ਅਜਾਬੋਂ ਕਿਵੇਂ ਬਚਾਈ ਗੰਗਾ ਨਾਤਿਆਂ ਦੇ ਉੱਤੇ ਪਾਪ ਸਰੀਰ ਦਾ ਅੱਗੇ ਲੱਗ ਭੈਣੇ ਮੈਨੂੰ ਚੰਨ ਨਾਲ ਆਈ ਰਮਨ ਨਜੂਮ ਦੇ ਵਿੱਚ ਲਿਖੇ ਅਪਾਓ ਗੁਰਾਹਾਂ ਦੇ ਪੂਜਾ ਦਾਨ ਭੈਣੇ ਮੇਰੇ ਤੋਂ ਕਰਾਈ ਨਾਲ ਬਿਮਾਰੀ ਪੁੱਛੇ ਲੱਗੇ ਮੈਨੂੰ ਸੁਣਤਾ ਕਰ ਕਰ ਕੁੜੀਆਂ ਨੂੰ ਖੋਲ ਕੇ ਦਵਾਈ ਇੱਕ ਚਲਿੱਤਰ ਦੇ ਵਿੱਚ ਉਲਝਾ ਖੜਕਾ ਦੇਖ ਲਓ ਡਰੀਏ ਨਾਰਾ ਤੇ ਇਹਨਾਂ ਦੇ ਦੂਰ ਬਣਾਈ ਪਾਣੀ ਕਰਕੇ ਹੀ ਮੈਂ ਤੋਰ ਰਿਹਾ ਵੀਰ ਪਠਾਨ ਨੂੰ ਡਰੀਏ ਨਾਰਾ ਤੇ ਇਹਨਾਂ ਦੇ ਦੂਰ ਬਣਾਈ ਕਹਿੰਦਾ ਭੈਣੇ ਜਿਹੜੇ ਪਾਂਡੇ ਨੇ ਜਿਹੜੇ ਵਿਦਵਾਨ ਨੇ ਐਂ ਦੱਸਿਆ ਜੀ ਤੇਰੇ ਭਾਈ ਤੇ ਇੰਨਾ ਗ੍ਰਹਿ ਆਊਗਾ ਭੈਣੇ ਚੱਲ ਮੈਨੂੰ ਉਹਦੇ ਕੋਲ ਲੈ ਚੱਲ ਕਹਿੰਦੀ ਵੀ ਵੀਰ ਉਹਦਾ ਸਾਡੇ ਕੋਲੋਂ ਕਿਹਾ ਐਂ ਪਿੱਠ ਦਿਖਾ ਗਿਆ ਮੁੜ ਕੇ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ ਉਹਦਾ ਨਹੀਂ ਪਤਾ ਲੱਗਿਆ ਭੈਣੇ ਫਿਰ ਇਹ ਪਾਪ ਕਿਵੇਂ ਉਤਰ ਸਕਦਾ ਐਂ ਨੀਵੀਂ ਜੀ ਪਾ ਕੇ ਕਹਿਣ ਲੱਗੀ ਮਤਲੀ ਹੋ ਕੇ ਹੀਰ ਕਹਿੰਦੀ ਵੀਰ ਪਠਾਨ ਨੂੰ ਮੇਰੀ ਸੁਣੀ ਵਾਰਤਾ ਵੀਰਾ ਮਨ ਜਿੱਤ ਲਾ ਕੇ ਇਹ ਵੀਰ ਉਹਦਾ ਨਾ ਪਤਾ ਲੱਗਣਾ ਜਿਹੜਾ ਜੋ ਸੀ ਵਿਦਵਾਨ ਇੱਥੇ ਆਇਆ ਸੀ ਉਹ ਤਾਂ ਖਬਰਾਂ ਰੱਬੇ ਸੀ ਤੈਨੂੰ ਇੱਕ ਹੋਰ ਦੱਸਦੀ ਹੈ ਜੇ ਕਿਤੇ ਆਪਾਂ ਨੂੰ ਰਾਂਝਾ ਮਿਲ ਜਾਵੇ ਉਹ ਇਸ ਮਿਰਗ ਨੂੰ ਜਿਉਂਦਾ ਕਰ ਸਕਦਾ ਉਹਦੇ ਵਿੱਚ ਵੀ ਇੰਨੀ ਅਜ਼ਮਤ ਹੈ ਜਿਵੇਂ ਜਿਵੇਂ ਉਸ ਵੇਲੇ ਹੀਰ ਕੁਝ ਗੱਲਾਂ ਕਹਿ ਕੇ ਸਾਹਮਣੇ ਲਿਸ਼ਕਾਣੀ ਵਾਲੇ ਗਾ ਕੇ ਬਣਾਏ
ਮੰਨੀਏ ਪਾਰਸ ਨੂੰ ਹੱਥ ਪੀਤੀਏ
ਮੇਰਾ ਕਿਹਾ ਨਹੀਂ ਮੰਨਣਾ ਅੱਖੀ ਦੇਖ ਅਜਮਾ ਕੇ ਪਠਾਨ ਨੂੰ ਸ਼ਰਮਿੰਦਾ ਖੁਸ਼ੀਆਂ ਦੀ ਆਵਾਜ਼ ਸਦਾ ਹੀ मैं बहुत बहुत धन्यवाद करदा साडे साबका सरपंच साहब खड़े ने इस नगर तो ज्योति रसूलड़ा जी ने मास्टर जी ने पिछे ते लाडी जी जिन्होंने दस्या भी सारा मेला लवाया और जिहड़ी वड्डी गल आ भी जिहड़ी साडी विरासत आ साडियां जिहड़ियां जड़ां ने अज इहदे तो नवी पीढ़ी आ जिहड़ी पिछे हटदी जा रही आ इस करके रस्ते तो भड़क रहे ने इहो जिहे जिहड़े विरासती मेले ने मेले लवाउण दा वड्डा मकसद आ जिहदे च साडे सभ्याचार दे रंग दिखदे ने और इत्थे जिहड़ी वड्डी गल आ तुसीं देखण वाली भी तीन पीढ़ियां इकट्ठियां कर रही ने बापू देशराज जी उन्हां दा बेटा साजदे आ उन्हां दा पुत्त अरमान आ इह पीढ़ी दर पीढ़ी चलिया रहा अजिहे जिहड़े नगीने ने उन्हां नूं संभालण दी जरूरत आ इह चीज़ां नूं विरासत नूं संभालण दी जरूरत आ सो जिथे समुचे नगर दा धन्नवाद करदे आ लाडी बाई जी होणा जिन्हां ने उपराला करिया ज्योति रसूलड़े होणा ने मैनूं दर्शन कराए ने इन्हां दे ते समुचे नगर नूं भी बधाई देना भी तुसीं जिहे मेले और मैं समझदा भी गाहां तों थोड़ा जिहा नूं होर मैनेज करके जिन्नी कु संगत बैठी आ जिड्डा वड्डा इन्हां दा कद पोता गायकी दे खेतर च जिन्ना कि इन्हां दी घालणा उस मुताबक जिहड़े स्रोते थोड़े हले घट कह सकदे आ अगली बारी मेले नूं लाडी जी ये करो भी घट्टो घट्ट आले दुआले 20 पिंडां च अनाउंसमेंट होवे सिर्फ अनाउंसमेंट करने की लड़ है भी देश राज लचकाणी आ जा लोगों ने अपने आप ही आ जाना हले भी बैठे ने होर कुछ दसन की लड़ नहीं भी इन्ने बजे लचकाणी साहब आवगे तो सारे आ जाएंगे सो सारी नगर का भी धन्यवाद आ जिहड़े अजिहा विरासती गाउण लवाया तो लचकाणी साहब होना सिजदा करते हैं जिन्होंने ये विरासत को तीजी पीढ़ी तक लैके संभाल रहे हैं नहीं तो जिन्हें भी घराने पिछे चलते आ रहे हैं वड्डे वड्डे नाँ होए ने इस गायकी के खेत्र उन्होंने आने वाली पीढ़ियां ने जिहड़ियां वो ये टुटदियां जा रही ने इसलिए ये पीढ़ियां जोड़ने के लिए साढ़े भी निरंतर उपराले जारी ने ते सरकार वालों भी यह जे विरासती मेलिया के अगे प्लैनिंग बन रही है मान साहब से साढ़े सभ्याचारक मंत्री ने अनमोल गगन मान उन्होंने नाल भी विचार चर्चा चल रही है भी पंजाब इस तरह के जो विरासती मेले ने वो काम हो रहा वो जल्दी वह भी रिजल्ट सामने आने सो सारे का बहुत बहुत धन्यवाद जी।
लचकानी कराने वालों साडे सारे परिवार वालों लचकानी कराने वालों इलाका निवासियों का बहुत बहुत धन्यवाद। चेयरमैन जैनको ऑफ पंजाब नवजोत सिंह जी मंडेर साहब जिहड़े कि पंजाबी सभ्याचार नूं बहुत प्यार करते हैं संभाल करते हैं अपने बच्चों नूं भी सभ्याचार नाल जोड़िया जिहड़े कॉलेजां च जाके बच्चों नूं सिखा रहे हैं सभ्याचार की सेवा कर रहे हैं इधर साडा भी सत्कार तह दिलों आके कर रहे हैं इन्हां दे इलाके च आया इन्हां दे घरे आया अज तां बहुत साडा सत्कार बड़ा माण वधाया बहुत बहुत धन्नवादियां नवजोत सिंह जी चेयरमैन जैनको ऑफ पंजाब जी दे हर मदान फतेह बख्शे दाता इन्हां नूं दिन दुगनी रात चौगनी तरक्के बख्शे बोले वाहगुरु जी का खालसा वाहगुरु जी चंगा जी उदन गस्ताखी माफ करो मैं जी मापर दाणा पानी हो थोड़े घर बैठो भाई